ਇਸ ਬੰਦੇ 50 ਸਾਲ 50 ਸਾਲ ਰੱਬ ਦਾ ਕੁਰਾਨ ਖਲੂਸ ਦਿਲ ਨਾਲ ਪੜਿਆ ਹੋਵੇ, ਖਲੂਸ ਦਿਲ ਨਾਲ ਸੁਣਾਇਆ ਹੋਵੇ ਤੇ ਉਹਦਾ ਨਤੀਜੇ ਦਾ ਇੱਕ ਇੱਕ ਜੱਟ ਬੰਦਾ ਗਵਾਹ ਹੋਵੇ, ਆਲਮ ਬੰਦਾ ਗਵਾਹ ਹੋਵੇ, ਜ਼ਮੀਨ ਦਾ ਚੱਪਾ ਚੱਪਾ ਗਵਾਹ ਹੋਵੇ। ਉਹਦੇ ਖਿਲਾਫ ਜਿੰਨੀ ਵੀ ਸਾਜ਼ਿਸ਼ ਕੀਤੀ ਜਾਵੇ, ਮਨਸੂਬਾ ਬਣਾਇਆ ਜਾਵੇ, ਅੱਲਾ ਦੀ ਕਸਮ ਉਹਦੀ ਮਿਹਨਤ ਦਾ ਇਨਕਾਰ ਨਹੀਂ ਹੋ ਸਕਦਾ। ਉਹਦੀ ਮਿਹਨਤ ਨਾਲ ਕਦੇ ਬਗਾਵਤ ਅਦਾਵਤ ਨਹੀਂ ਹੋ ਸਕਦੀ। ਉਹਦੀ ਮਿਹਨਤ ਨੂੰ ਤਸਲੀਮ ਅੰਦਰ ਖਾਨੇ ਵਿੱਚ ਹਰ ਕੋਈ ਕਰਦਾ। ਜੁਰਮ ਇਤਨੀ ਹੈ ਮੈਂ ਸਟੇਜ ਤੇ ਕਰਦਾ, ਉਹ ਆਪਣੇ ਘਰ ਬਹਿ ਕੇ ਕਰੇ ਦਿਨ। ਮੈਂ ਸਟੇਜ ਤੇ ਤਾਂ ਕਰੇਂਦਾ ਜੋ ਮੈਂ ਉਹਦੇ ਘਰ ਦਾ ਨਮਕ ਖਾਦਾ। ਮੈਂ ਨਮਕ ਹਰਾਮ ਨਹੀਂ ਬਣਨਾ ਚਾਹੁੰਦਾ। ਜਿਹੜੇ ਨਮਕ ਹਰਾਮ ਬਣ ਗਏ ਉਹਨਾਂ ਨਮਕ ਹਰਾਮੀ ਦੀਆਂ ਸਜ਼ਾਵਾਂ ਵੀ ਚਾਹੀਆਂ ਨੇ, ਤੇ ਜਿਹਨਾਂ ਨਮਕ ਹਲਾਲੀ ਕੀਤੀ ਹੈ ਅੱਲਾ ਦੀ ਕਸਮ ਹੈ ਅੱਲਾ ਨੇ ਅੱਜ ਤੱਕ ਉਹਨਾਂ ਦੀ ਚਾਰ ਦੀਵਾਰੀ ਦੀ ਵੀ ਹਿਫਾਜ਼ਤ ਕੀਤੀ ਹੈ ਤੇ ਉਹਨਾਂ ਦੀ ਇੱਜ਼ਤ ਦੇ ਦਾਗ ਹੀ ਨਹੀਂ ਲੱਗਣ ਦਿੱਤਾ। ਇਸ ਵਾਸਤੇ ਅੱਲਾ ਕਰੀਮ ਫਰਮਾਉਂਦੇ ਨੇ ਮੇਰਾ ਪੈਗੰਬਰ ਤਾਰੁਫ ਕਰਾ ਮੇਰਾ, ਇਹ ਤਾਂ ਮੈਨੂੰ ਗਾਲੀਆਂ ਦੇਂਦੇ ਖਲੇ ਦੀ ਸ਼ਿਰ ਕਰਕੇ, ਇਹ ਤਾਂ ਮੈਨੂੰ ਮੇਰਾ ਪੈਗੰਬਰ ਤੂੰ ਮੇਰਾ ਤਾਰੁਫ ਕਰਾ ਤੇ ਤਾਰੁਫ ਕਰਕੇ ਆ ਕੁਲ ਹੁਵੱਲਾਹੁ ਅਹਦ